आए दिन पंजाब संगीत इंडस्ट्री में नए नए गायकों द्वारा गाने रिलीज किए जा रहे हैं, जिन्हें वर्तमान युवा पीढ़ी बहुत शौक से सुन रही है। किंतु पंजाब की संगीत विरासत को सुरक्षित भी रखा है पंजाब के कुछ गायकों ने। उनमें से एक नाम है पंजाब संगीत की शान सुरों के सरताज सतिंदर सरताज, जिन्होंने 22 जून चंडीगढ़ स्थित प्रेस क्लब पहुंचकर अपनी एल्बम सेवन रिवर्स के गाने गुरमुखी दा बेटा को रिलीज किया। चलिए देखते हैं सतिंदर सरताज ने अपने रिलीज हुए गाने पर मीडिया से क्या कहा। ਸਾਡੀ ਐਲਬਮ ਹੈ ਸੈਵਨ ਰਿਵਰਸ ਦਰਿਆਈ ਦਰਦਾ। ਇਹ ਮੇਰਾ ਇੱਕ ਐਫਰਟ ਆ ਜਿਹੜਾ ਪ੍ਰਾਥਮ ਸਾਡੀ ਸੱਭਿਅਤਾ ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਲੈ ਕੇ ਵੇਦਸ ਤੋਂ ਲੈ ਕੇ ਹੁਣ ਤੱਕ ਸੀ ਉਹ ਸੈਵਨ ਰਿਵਰਸ ਦੀ, ਉਹਨੂੰ ਮੈਂ ਪੁਨਰ ਸੁਰਜੀਤ ਕਰਾਂ ਔਰ ਉਹਨੂੰ ਰਿਵਾਈਵ ਕਰੀਏ ਤਾਂ ਕਿ ਸਾਡੇ ਜ਼ਹਿਨ ਦੇ ਵਿੱਚ ਗਲੋਬਲ ਬ੍ਰਦਰਹੁੱਡ ਚ ਥੋੜ੍ਹਾ ਜਿਹਾ ਹੋਰ ਡਿਵੈਲਪ ਹੋਵੇ। ਵਾਟ ਆਰ ਦੀ ਇੰਪੋਰਟੈਂਸ ਜਿਹੜੀ ਦ ਪੂਨ ਆਫ ਨੇਚਰ ਟੂ ਦਿਸ ਪਲੈਨਟ ਆ, ਜਿਹੜਾ ਅਸੀਂ ਉਹਦੀ ਇੰਪੋਰਟੈਂਸ ਨੂੰ ਸਮਝ ਸਕੀਏ। ਉਹਦਾ ਪਹਿਲਾ ਗੀਤ ਸੀ ਗੁਰਮੁਖੀ ਦਾ ਬੇਟਾ ਜਿਹੜਾ ਕਿ ਕੱਲ੍ਹ ਰਿਲੀਜ਼ ਹੋਇਆ ਔਰ ਉਹਨੂੰ ਲੋਕ ਦੀ ਬਹੁਤ ਜ਼ਿਆਦਾ ਅਪਲੋਜ ਮਿਲ ਰਿਹਾ। ਮੈਂ ਆਪਣੀ ਉਮੀਦ ਤੋਂ ਵੱਧ ਕੇ ਇਹ ਗੱਲ ਕਹਿ ਰਿਹਾ ਕਿ ਮੈਨੂੰ ਇਹ ਉਮੀਦ ਨਹੀਂ ਸੀ ਕਿ ਮੈਨੂੰ ਲੱਗਦਾ ਸੀ ਚਲੋ ਠੀਕ ਹੈ ਲੋਕਾਂ ਨੂੰ ਚੰਗਾ ਲੱਗੇਗਾ, ਬਟ ਇਟ ਇਜ਼ ਰੀਅਲੀ ਓਵਰਵੈਲਮਿੰਗ ਦ ਰਿਸਪੋਂਸਿਸ। ਔਰ ਗੁਰਮੁਖੀ ਦਾ ਬੇਟਾ ਜਿਹੜਾ ਗੁਰਮੁਖੀ ਸਕ੍ਰਿਪਟ ਜਿਹੜੀ ਕਿ ਪੰਜਾਬੀ ਜ਼ੁਬਾਨ ਨੂੰ ਲਿਖਣ ਦੇ ਲਈ ਉਹਦਾ ਜਿਹੜਾ ਅਸੀਂ ਇਸਤੇਮਾਲ ਕਰਦੇ ਹਾਂ ਉਹਨੂੰ ਮੱਦੇਨਜ਼ਰ ਰੱਖ ਕੇ ਗੀਤ ਅਸਾਂ ਨਾਲ ਲਿਖਿਆ ਹੋਇਆ ਔਰ ਇਹਦੀ ਸਾਡੀ ਲਿਪੀ ਦੀ ਇੰਪੋਰਟੈਂਸ ਨੂੰ ਜਿਹੜੀ ਕਿ 13 ਸੈਂਚਰੀਜ਼ ਤੋਂ ਗੁਰੂ ਸਾਹਿਬਾਂ ਨੇ ਪੋਲਿਸ਼ ਰਿਫੋਰਮ ਇਮੈਂਡਮੈਂਟ ਕਰਕੇ ਸਾਡੇ ਲਈ ਬਣਾਈ, ਜਿਹਦੇ 'ਚ ਅੱਜ ਵੀ ਅਸੀਂ ਉਸਾਨੇ ਲਿਖਦੇ ਹਾਂ। ਮੇਰੀ ਇਹ ਅਕੀਦਤ ਹੈ, ਮੇਰੀ ਇੱਕ ਡੈਡੀਕੇਸ਼ਨ ਹੈ, ਮੇਰੀ ਇੱਕ ਟ੍ਰਿਬਿਊਟ ਹੈ ਟੂ ਦਿਸ ਲੈਂਗੁਏਜ ਐਂਡ ਟੂ ਦਿਸ ਸਕ੍ਰਿਪਟ ਐਂਡ ਟੂ ਦਿਸ ਰਿਵਰ ਸਤ। ਇਹਦਾ ਸ਼ੂਟ ਅਸੀਂ ਆਸਟ੍ਰੇਲੀਆ ਕੀਤਾ, ਅਸੀਂ ਆਸਟ੍ਰੇਲੀਆ ਟੂਰ 'ਤੇ ਸੀਗੇ। ਮੈਨੂੰ ਲੱਗਦਾ ਕਿ ਜਿਹੜੇ ਦੁਨੀਆਂ ਦੇ ਸਾਰੇ ਦਰਿਆ ਨੇ, ਚਾਹੇ ਉਹ ਫਰੇਜ਼ਰ ਰਿਵਰ ਵੈਨਕੂਵਰ ਦਾ ਹੋਵੇ, ਚਾਹੇ ਉਹ ਕਿਸੇ ਵੀ ਕੰਟੀਨੈਂਟ ਦਾ ਕੋਈ ਰਿਵਰ ਹੋਵੇ, ਅਲਟੀਮੇਟਲੀ ਉਹ ਓਸ਼ਨ ਦੇ ਵਿੱਚ ਡਿਜ਼ੋਲਵ ਹੁੰਦੇ ਨੇ। ਜਿਵੇਂ ਕਿਸੇ ਵੀ ਦੁਨੀਆਂ ਦੇ ਆਦਮੀ ਨੇ ਪਰਮਾਤਮਾ ਦੇ ਵਿੱਚ ਬਿਲੀਵ ਹੋਣਾ ਹੁੰਦਾ, ਮੈਨੂੰ ਲੱਗਦਾ ਇਹ ਉਹ ਸਫ਼ਰ ਹੈ। ਸੋ ਜਿਹੜਾ ਪੈਸਿਫਿਕ ਓਸ਼ਨ ਦਾ ਸ਼ੋਅ ਰਿਹਾ ਆਸਟ੍ਰੇਲੀਆ ਦੇ ਵਿੱਚ ਮੈਲਬਨ ਦੇ ਲੱਗੇ, ਅਸੀਂ ਉੱਥੇ ਉਹਨੂੰ ਸ਼ੂਟ ਕੀਤਾ। ਇਹ ਸਿੰਬਲ ਸੀਗਾ ਦੁਨਿਆਈ, ਜਿਹੜਾ ਦੁਨੀਆਂ ਦੇ ਉੱਤੇ ਸਾਰਾ ਪਾਣੀ ਆ ਜਾਂ ਧਰਤੀ ਇੱਕੋ ਜਿਹੀ ਆ, ਅਸੀਂ ਹੀ ਰੰਗ ਨਸਲਾਂ ਭੇਦ ਭਾਵ ਪਾਏ ਹੋਏ ਨੇ। ਸੋ ਇਹ ਵੀ ਇੱਕ ਕਿਸਮ ਦਾ ਐਫਰਟ ਸੀ ਇਸ ਚੀਜ਼ ਦੇ ਲਈ। ਉਹਦੇ ਵਿੱਚ ਅਸੀਂ ਕੁਛ ਆਸਟ੍ਰੇਲੀਅਨ ਬੱਚੇ ਵੀ ਲਏ ਆ, ਕੁਛ ਸਾਡੇ ਪੰਜਾਬੀ ਬੱਚੇ ਵੀ ਉੱਥੇ ਸਾਨੂੰ ਅਵੇਲੇਬਲ ਹੈ, ਤੁਸੀਂ ਵੀਡੀਓ ਜ਼ਰੂਰ ਦੇਖ ਲਓ। ਉਹਦਾ ਵੀ ਇੱਕ ਪਰਟੀਕੁਲਰ ਪਰਪਜ਼ ਹੈ, ਸਾਰੀਆਂ ਚੀਜ਼ਾਂ ਮੁਹੱਬਤ ਨੂੰ ਸਪਰੈਡ ਕਰਦੇ ਹਾਂ ਇਸ ਨੂੰ, ਅਤੇ ਇਸ ਕਰਕੇ ਮੇਰੇ ਖਿਆਲ 'ਚ ਸਾਡੀ ਕੋਸ਼ਿਸ਼ ਤੋਂ ਤੁਸੀਂ ਸਲਾਹ। ਐਲਬਮ ਦੇ ਵਿੱਚ 7 ਸੌਂਗਸ ਨੇ, 7 ਦਰਿਆਵਾਂ ਨੂੰ 7 ਗੀਤ ਡੈਡੀਕੇਟ ਕੀਤੇ ਗਏ। ਜਿਵੇਂ ਕਿ ਇਸ ਨੂੰ ਅਸੀਂ ਸਤਲੁਜ ਨੂੰ ਗੁਰਮੁਖੀ ਦਾ ਬੇਟਾ ਕੀਤਾ, ਇਸ ਤੋਂ ਬਾਅਦ ਜਿਹੜਾ ਸਾਨਾ ਹੈ ਉਹ ਅਸੀਂ ਰਿਵਰ ਚਨਾਬ ਨੂੰ, ਕਿਉਂਕਿ ਚਨਾਬ ਦੇ ਮੁਹੱਬਤ ਦਾ ਦਰਿਆ ਹੈ, ਉਹਦੇ ਵਿੱਚ ਸੋਹਣੀ ਤਰਕੀ ਚੱਲਦੀ ਰਹੀ ਹੈ, ਉਹਦੇ ਕਿਨਾਰੇ ਹੀਰ ਸੱਸੀਆਂ ਸੋਹਣੀਆਂ ਸਾਰੀਆਂ ਰਹੀਆਂ ਨੇ, ਇਸ ਕਰਕੇ ਪਿਆਰ ਦੇ ਮਰੀਜ਼ ਹੋ ਸਕਦੇ ਹਨ। ਉਸ ਤੋਂ ਬਾਅਦ ਬਾਕੀ ਦੇ ਸਾਰੇ ਸਿੰਧ ਲਈ, ਰਾਵੀ ਲਈ, ਬਿਆਸ ਦੇ ਲਈ, ਘੱਗਰ ਲਈ, ਸਪੈਸ਼ਲੀ ਘੱਗਰ ਮੈਂ ਜ਼ਰੂਰ ਜ਼ਿਕਰ ਕਰਾਂਗਾ। ਇਹ ਉਹੋ ਜਿਹਾ ਤਰ੍ਹਾਂ ਨਿਮਾਣਾ ਦਰਿਆ ਆ ਸਾਡੇ ਵਰਗਾ, ਜਿਹਦਾ ਜ਼ਿਕਰ ਕਦੇ ਅੱਜ ਤੱਕ ਬਹੁਤ ਰੇਅਰ ਨਹੀਂ ਹੋਇਆ। ਮੈਂ ਇੱਕ ਕਿਤਾਬ ਪੜ੍ਹਦਾ ਸੀ ਮੁਹੰਮਦ ਲਤੀਫ ਸਾਹਿਬ ਦੀ, ਹਿਸਟਰੀ ਆਫ ਪੰਜਾਬ, 1889 'ਚ ਪਬਲਿਸ਼ ਹੋਈ ਸੀ ਜਦੋਂ ਬ੍ਰਿਟਿਸ਼ ਇੱਥੇ ਸੀਗੇ। ਉਹਨਾਂ ਨੇ ਔਰੰਗਜ਼ੇਬ ਦਾ ਜ਼ਿਕਰ ਕੀਤਾ ਸੀਗਾ ਉਦੋਂ ਕਿ 13 ਸੈਂਚਰੀ ਦੇ ਕਰੀਬ ਨਹਿਰ ਕੱਢੀ ਗਈ ਸੀ ਸਤਲੁਜ ਤੋਂ ਘੱਗਰ ਤੱਕ, ਪਰ ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਜਿੱਦਾਂ ਜਿੱਦਾਂ ਸਿਵਲਾਈਜੇਸ਼ਨ ਡਿਵੈਲਪ ਕਰਦੀ ਹੈ, ਕੋਈ ਚੀਜ਼ਾਂ ਡਿਵੈਲਪ ਹੁੰਦੀਆਂ ਨੇ, ਕੋਈ ਚੀਜ਼ਾਂ ਮਰ ਜਾਂਦੀਆਂ ਨੇ। ਹੁਣ ਉਹ ਬਰਸਾਤੀ ਦਰਿਆ ਦੇ ਤੌਰ 'ਤੇ ਜਾਣਿਆ ਜਾਂਦਾ, ਪਰਮਾਤਮਾ ਮਿਲੇ ਕਿ
ਹਿੱਸਾ ਮਿਲ ਰਿਹਾ, ਫਿਰ ਇਸ ਤਰ੍ਹਾਂ ਸਰਸਾ ਵੀ ਹਰੇ ਮੋੜ ਭਰੇ ਮੋੜ ਮੇਰੀ ਇਹ ਹੀ ਅਸੀਂ ਇਹ ਗਾਣਾ ਅਸੀਂ ਰਿਕਾਰਡ ਕਰ ਲਿਆ ਸੀਗਾ ਪਹਿਲਾਂ ਬੀਟ ਪ੍ਰਿੰਸਸ ਸਾਹਿਬ ਨੇ ਇਹਦਾ ਮਿਊਜ਼ਿਕ ਕੀਤਾ, ਸੰਦੀਪ ਸ਼ਰਮਾ ਹੋਣਾ ਨੇ ਇਹਦਾ ਵੀਡੀਓ ਕੀਤਾ, ਬਹੁਤ ਹੀ ਖੂਬਸੂਰਤ ਵੀਡੀਓ ਹੈ, ਮੈਨੂੰ ਤਾਂ ਚੰਗਾ ਲੱਗਦਾ ਜਦ ਤੁਹਾਨੂੰ ਵੀ ਲੱਗੇ। ਇਹਦੇ ਇਹਦੇ ਸ਼ੂਟ ਨੂੰ ਜਿਹੜਾ ਵੀਡੀਓ ਸ਼ੂਟ ਹੁੰਦਾ ਉਹਨੂੰ ਜਨਰਲੀ 2-3 ਡੇਜ਼ ਲੱਗਦੇ ਆ, ਪਰ ਉਹਦੀ ਬਾਅਦ 'ਚ ਐਡੀਟਿੰਗ ਜਾਂ ਕੁਛ ਸਾਰੀਆਂ ਚੀਜ਼ਾਂ ਆਉਂਦੀਆਂ, ਕਾਫੀ ਚੀਜ਼ਾਂ ਸਾਨੂੰ ਹਰਡਲ ਆਈਆਂ। ਤੁਸੀਂ ਉਹ ਵੀਡੀਓ ਦੇਖ ਲਓ ਜਿੱਥੇ ਉਹ ਗਾਣਾ ਸ਼ੂਟ ਹੁੰਦਾ, ਕੁਛ ਆਸਟ੍ਰੇਲੀਅਨ ਮਿਊਜ਼ੀਸ਼ੀਅਨ ਨੇ, ਕੁਛ ਸਾਡੇ ਆਪਣੇ ਮਿਊਜ਼ੀਸ਼ੀਅਨ ਨੇ ਇੰਡੀਆ ਪਿੱਛੇ ਖੜ੍ਹੇ ਆ। ਸਾਨੂੰ ਸ਼ੂਟ ਕਰਦਿਆਂ ਕਰਦਿਆਂ ਹਨੇਰਾ ਹੋ ਗਿਆ, ਇੱਕ ਡਰੋਨ ਚੀਜ਼ ਹੁੰਦੀ ਹੈ ਜਿਹਨਾਂ ਤੁਸੀਂ ਸ਼ੂਟ ਕਰਦੇ ਹਾਂ, ਸਾਡਾ ਡਰੋਨ ਇੱਕ ਮਾਊਂਟੇਨ 'ਤੇ ਫਸ ਗਿਆ ਅਤੇ ਰਾਤ ਨੂੰ ਓਸ਼ੀਅਨ ਦਾ ਲੈਵਲ ਵੱਧ ਜਾਂਦਾ ਅਤੇ ਸਾਨੂੰ ਉੱਥੇ ਲੋਕਲ ਬੰਦੇ ਨੇ ਕਿਹਾ ਕਿ ਹੁਣ ਤੁਸੀਂ ਡਰੋਨ ਛੱਡ ਜਾਓ, ਪਾਣੀ ਵੱਧ ਜਾਣਾ, ਇੱਥੇ ਖਤਰਾ ਆਇਆ। ਤੁਸੀਂ ਸਵੇਰੇ ਆਇਓ ਅਤੇ ਸਵੇਰੇ 5 ਵਜੇ ਉੱਠ ਸਾਡੇ ਵੀਡੀਓ ਡਾਇਰੈਕਟਰ 3 ਬੰਦੇ ਨਾਲ ਲੈ ਕੇ ਉਹ ਡਰੋਨ ਦੁਬਾਰਾ ਲਾ ਕੇ ਲੈ ਗਏ, ਕਿਉਂਕਿ ਉਹਦੀ ਸਾਰੀ ਫੁਟੇਜ ਸੀ। ਸੋ ਇਹ ਬਹੁਤ ਸਾਰੀਆਂ ਯਾਦਾਂ ਹੁੰਦੀਆਂ ਜਿਹੜੀਆਂ ਉਹਦੀ ਜੀਵਨ ਨਾਲ ਜੁੜ ਜਾਂਦੀਆਂ। ਇਸ ਤੋਂ ਪਹਿਲਾਂ ਸਾਡਾ ਗਾਣਾ ਜਿਹੜਾ ਮੇਰਾ ਮੋਸਟ ਫੇਵਰੇਟ ਸੀਗਾ ਔਰ ਸੀਰ ਸੀਗਾ, ਉਸੇ ਟਰਕੀ ਸ਼ੂਟ ਕੀਤਾ ਸੀ ਮੌਲਾਨਾ ਰਸ਼ੀਦ ਟਰਕੀ 'ਤੇ, ਉਹ ਵੀ ਮੇਰਾ ਆਪਣੇ ਆਪ 'ਚ ਇੱਕ ਐਫਰਟ ਸੀਗਾ ਕਿਉਂਕਿ ਲੋਕ ਮੈਨੂੰ ਸੂਫੀਜ਼ਮ ਨਾਲ ਜੋੜਦੇ ਨੇ, ਮੇਰਾ ਇੱਕ ਫਰਜ਼ ਵੀ ਬਣਦਾ ਸੀਗਾ ਕਿ ਮੈਂ ਉਹਨਾਂ ਚੀਜ਼ਾਂ ਨੂੰ ਦੁਨੀਆਂ ਤੱਕ ਪੇਸ਼ ਕਰਨ ਦੀ ਕੋਸ਼ਿਸ਼ ਕਰਾਂ ਜਿਹੜੀਆਂ ਤਕਰੀਬਨ ਹਿਡਨ ਹੁੰਦੀਆਂ ਨੇ ਜਾਂ ਗੌੜੀਆਂ ਹੁੰਦੀਆਂ ਨੇ ਜਾਂ ਅਨਸਰ ਹੁੰਦੀਆਂ ਨੇ, ਔਰ ਉਹ ਲੋਕਾਂ ਨੇ ਬਹੁਤ ਸਰਾਇਆ। ਉਹਦੀ ਬਿਊਟੀਫਿਕੇਸ਼ਨ ਆਫ ਦਾ ਵੀਡੀਓ ਵਾਸ ਵੈਰੀ ਮੱਚ ਅਸਟੋਨਿਸ਼ਿੰਗ ਐਜ਼ ਵੈਲ, ਅਤੇ ਪਰ ਮੈਂ ਪਰਪਸਲੀ ਐਫਰਟ ਨਹੀਂ ਕਰਦਾ ਉਹਦੇ ਲਈ, ਜੇ ਤੁਸੀਂ ਕਹੋ ਕਿ ਮੈਂ ਯੂਨੀਕ ਹੋਣ ਲਈ ਜਾਂ ਵਧੀਆ ਕਰਨ ਲਈ ਜਾਂ ਪਤਾ ਨਹੀਂ ਵੱਖਰਾ ਕਰਨ ਲਈ ਕਰਦਾ। अर्थ प्रकाश के लिए चंडीगढ़ से मंदीप गौतम की रिपोर्ट। ताज़ा अपडेट्स के लिए अर्थ प्रकाश टीवी को सब्सक्राइब करें और बेल आइकन को प्रेस करें।